बीते सोमवार भारतीय फौज का जवान गज्जन सिंह जो कि जम्मू कश्मीर के पुंछ के इलाके अतवादी हमले दौरान शहादत का जाम पी गया सी। अज उस दियां आसियां कीरतपुर साहब के गुरद्वारा पतालपुरी साहब के नज़दीक बने सतलुज दरिया के अस घाट से जल प्रवाह की गई। शहीद गज्जन सिंह की पत्नी हरप्रीत कौर समेत समूह परिवारक मैंबर वालों शहीद के पिंड पचंडा तो हस्तियों एक कलश के पा के गड्डियां काबले के रूप में कीरतपुर साहब विखे पहुँचाया गया और गुरु चरणों में अरदास करन दे उपरांत शहीद दियां आसियां सतलुज दरिया के बने अस घाट विखे जल प्रवाह किया गया। इस मौके शहीद की पत्नी हरप्रीत कौर ने पत्रकार नाल गल करदियां कहा कि उसनू अपने पति की शहादत ते माण है लेकिन सरकारां दे प्रति रोस भी है क्योंकि हर रोज़ जम्मू कश्मीर दे विच मामा दे पुत मर रहे हैं, परंतु अफसोस है कि यह सारे आम घरां दे पुत हैं। जेकर राजभागां विच बैठे लोगों के पुत इस तरह मरन तो सरकारां विच बैठे लोगों को पता लग सके कि उहां मामा का दुख की है। ਤੁਹਾਡੇ ਪਤੀ ਨੇ ਸ਼ਹੀਦੀ ਪ੍ਰਾਪਤ ਕੀਤੀ ਆ, ਅੱਜ ਫੁੱਲ ਉਹਨਾਂ ਦੇ ਪਾਏ ਆ। ਜਿਹੜੇ ਦੇਸ਼ ਵਾਸਤੇ ਦੇਸ਼ ਦੀ ਜਿਹੜੀ ਸਰਕਾਰਾਂ ਆਈਆਂ ਉਹਨਾਂ ਨੂੰ ਕੀ ਤੁਹਾਡੀ ਅਪੀਲ ਹੈ? ਤੁਹਾਡੇ ਹਜੇ ਕੁਛ ਸਮੇਂ ਪਹਿਲਾਂ ਵਿਆਹ ਹੋਇਆ ਸੀ, ਨੌਜਵਾਨ ਸਾਡੇ ਅੱਜ ਸਰਹੱਦਾਂ 'ਤੇ ਮਰਦੇ ਜਾ ਰਹੇ ਸਰ, ਅਜੇ ਵੀ ਦੇ ਮਰੀ ਜਾਣੇ। ਸਰਕਾਰ ਨਾ ਐਕਸ਼ਨ ਨਹੀਂ ਲੈ ਸਕਦੀ, ਇੰਨੀ ਪਾਵਰ ਹੈ ਹੀ ਨਹੀਂ ਸਰਕਾਰ ਵਿੱਚ। ਜੇ ਹੁੰਦੀ ਐਕਸ਼ਨ ਕਦੋਂ ਦਾ ਲਿਆ ਜਾਣਾ ਸੀ? ਐਕਸ਼ਨ ਲੈਣ ਦੀ ਸਰਕਾਰ ਦੀ ਹਿੰਮਤ ਹੀ ਨਹੀਂ ਹੈਗੀ ਕਿਉਂਕਿ ਸਾਡੀਆਂ ਸਰਕਾਰਾਂ ਉਹਨਾਂ ਦੇ ਨਾਲੇ ਮਿਲੀਆਂ ਮੈਂ ਨਾਲੇ ਮਿਲੀਆਂ ਹੋਈਆਂ ਤਦ ਐਕਸ਼ਨ ਨਹੀਂ ਲੈਂਦੀ ਹੈਗੀ। ਉਹਨਾਂ ਨੂੰ ਆਪਣੀ ਸੀਟ ਤੱਕ ਮਤਲਬ ਹੈ, ਉਹਨਾਂ ਨੂੰ ਕਿਸੇ ਦੇ ਪੁੱਤ ਨਾਲ ਕੋਈ ਮਤਲਬ ਨਹੀਂ ਹੈਗਾ ਸਰ। ਸ਼ਹੀਦੀ ਮਾਣ ਹੈ ਸਰ, ਬਹੁਤ ਜ਼ਿਆਦਾ। ਦੇਸ਼ ਦੀ ਖਾਤਰ ਲੜੇ ਨਾ, ਡੱਟ ਕੇ ਮੁਕਾਬਲਾ ਕੀਤਾ ਉਹਨੇ। ਜਦੋਂ ਤੱਕ ਉਹਨਾਂ ਦੇ ਸਾਹ ਚੱਲੇ ਉਦੋਂ ਤੱਕ ਉਹਨੇ ਡੱਟ ਕੇ ਮੁਕਾਬਲਾ ਕੀਤਾ। ਬਹੁਤ ਪ੍ਰਾਊਡ ਹੈ, ਇੱਦਾਂ ਦੀ ਖੁਸ਼ ਨਸੀਬੀ ਕਿਸੇ ਕਰਮਾਂ ਵਾਲੇ ਦੀ ਹੁੰਦੀ ਹੈ। ਬਹੁਤ ਮਾਣ ਹੈ, ਦੇਸ਼ ਦੀ ਖਾਤਰ ਸੀਨੇ ਵਿੱਚ ਗੋਲੀਆਂ ਖਾਧੀਆਂ, ਸਿਰ ਵਿੱਚ ਗੋਲੀਆਂ ਖਾਧੀਆਂ। ਦੇਖੋ, ਮੈਂ ਗੱਲ ਕਈ ਵਾਰੀ ਕਹੀ ਆ, ਸਾਡੇ ਬੱਚਿਆਂ ਦਾ ਮੁੱਲ ਪਾਇਆ ਜਾਂਦਾ ਹੈ। ਜਦੋਂ ਸਾਡਾ ਬੱਚਾ ਸ਼ਹਾਦਤ ਪ੍ਰਾਪਤ ਕਰ ਜਾਂਦਾ, ਉਹਦਾ ਮੁੱਲ ਪਾ ਦਿੰਦੇ ਨੇ, ਕੋਈ 40 ਲੱਖ, ਕੋਈ 50 ਲੱਖ ਰੁਪਈਆ, ਨਾਲ ਨੌਕਰੀ ਦੇ ਦਿੰਦੇ ਨੇ। ਮੈਂ ਕਹਿੰਦਾ ਵੀ ਕਿਤੇ ਆਪਣੇ ਬੱਚੇ ਦਾ ਮੁੱਲ ਪਾ ਕੇ ਸਾਨੂੰ ਦੱਸ ਦੇਣ, 1 ਕਰੋੜ 2 ਕਰੋੜ 10 ਕਰੋੜ ਰੁਪਈਆ ਪਾ ਕੇ ਦੱਸ ਦੇਣ, ਅਸੀਂ ਮੰਨ ਲਵਾਂਗੇ ਸਾਡੇ ਬੱਚੇ ਦਾ ਮੁੱਲ ਸਹੀ ਪਾ ਦਿੱਤਾ ਇਹਨਾਂ ਨੇ। ਨੰਬਰ 2, ਅਗਰ ਉਹਨਾਂ ਨੇ ਇਹ ਸਕੀਮ ਬਣਾਈ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੈੱਟ ਕਰਨਾ ਹੈ, ਸਟੈਂਡ ਕਰ ਜਾਣ ਉਹ ਸਮਾਜ ਦੇ ਵਿੱਚ, ਤਾਂ ਇਹ ਰਾਸ਼ੀ ਤਾਂ ਜਿਵੇਂ ਇੱਕ ਰੋਟੀ ਚੋਪੜ ਕੇ ਉਹਦੇ ਨਾਲ ਬੁਰਕੀ ਤੋੜ ਕੇ ਸੁੱਟ ਦਿੱਤੀ ਆ, ਉਹ ਬੁਰਕੀ ਦਿੱਤੀ ਆ ਸਾਨੂੰ। ਸਾਡਾ ਸ਼ੋਸ਼ਣ ਹੋ ਰਿਹਾ, ਜੇ ਦੇਣਾ ਹੈ ਤਾਂ 10-20 ਕਰੋੜ ਰੁਪਈਆ ਦੇਣ, ਜਿਹਦੇ ਨਾਲ ਬੱਚੇ ਸੈੱਟ ਹੋ ਜਾਣ, ਜਿਹਦੇ ਨਾਲ ਪਰਿਵਾਰ ਸੈੱਟ ਹੋ ਜਾਵੇ, ਸਟੈਂਡ ਕਰ ਜਾਵੇ। ਆ ਤਾਂ ਇਹ ਕੈਮੀ ਨਾ ਸਾਡਾ ਸ਼ੋਸ਼ਣ ਕਰ ਰਿਹਾ, ਸਾਡੇ ਬੱਚਿਆਂ ਦਾ ਮੁੱਲ ਪਾਉਣਾ ਬੰਦ ਕਰ ਦੇਣ ਇਸ ਤਰ੍ਹਾਂ। ਯਾਦਗਾਰ ਕੋਈ ਕਿਸੇ ਤਰੀਕੇ ਦੀ ਜਿਹੜੀ ਗੱਜਣ ਸਿੰਘ ਦੇ ਨਾਮ 'ਤੇ ਬਣਾਉਣ ਦੀ ਮੰਗ ਕਰਦੇ ਜੀ ਮੁੱਖ ਮੰਤਰੀ, ਜੋ ਕਿਸੇ ਜ਼ਿਲ੍ਹੇ ਦੇ ਨੇ ਮੁੱਖ ਮੰਤਰੀ ਜੀ? ਯਾਦਗਾਰੀ ਵਾਸਤੇ ਅਸੀਂ ਇੱਕ ਸਕੂਲ ਹੈ, ਉਹ ਮੇਰਾ ਖਿਆਲ ਵਿੱਚ ਕੋਈ ਸੈਂਟਰ ਦੇ ਅਧੀਨ ਹੁੰਦੇ ਆ ਸਕੂਲ ਚੱਲਦੇ ਹੈ ਜੀ, ਜੇ ਬਣਾਉਣਾ ਸੜਕਾਂ ਦੇ ਨਾਂ ਨਾ ਰੱਖਣ ਸਾਡੇ ਬੱਚੇ ਦੇ ਨਾਂ 'ਤੇ, ਸਾਡੇ ਬੱਚੇ ਦੀ ਯਾਦਗਾਰ ਹੋਰ ਨਾ ਬਣਾਉਣ, ਕਿਉਂਕਿ ਅਸੀਂ ਆਪਣੇ ਬੱਚੇ ਦੀ ਜਿਹੜੀ ਯਾਦਗਾਰ ਹੈ ਉਹ ਆਪ ਵੀ ਬਣਾਉਣੀ ਚਾਹੁੰਦੇ, ਪਿੰਡ ਵਾਸੀਆਂ ਦਾ ਫੈਸਲਾ ਹੈ। ਅਸੀਂ ਜੇ ਚਾਹੁੰਦੇ ਹਾਂ ਸੜਕਾਂ ਦੇ ਨਾਂ ਰੱਖਣ ਨਾਲ, ਸਿਆਹੀ ਦੇ ਨਾਲ ਨਾਂ ਲਿਖ ਦੇਣ ਦੇ ਨਾਲ ਕੋਈ ਸ਼ਹੀਦ ਦਾ ਮਾਣ ਨਹੀਂ, ਸਕੂਲ ਦੇ ਗੇਟ ਦੇ ਉੱਤੇ ਨਾਂ ਲਿਖ ਦਿੱਤਾ ਕੋਈ ਸ਼ਹੀਦ ਦਾ ਮਾਣ ਨਹੀਂ। ਜੇ ਸ਼ਹੀਦ ਵਾਸਤੇ ਕੁਛ ਕਰਨਾ ਹੈ ਤਾਂ ਉਹਨਾਂ ਵਾਸਤੇ ਇੱਕ ਕੋਨਵੈਂਟ ਸਕੂਲ, ਵਧੀਆ ਸਕੂਲ ਜਿਹੜੇ ਸੈਂਟਰਲ ਉਹਦੇ ਨਾਲ ਚੱਲਦੇ ਆ, CBSE ਸਿਲੇਬਸ ਦੇ ਨਾਲ ਚੱਲਦੇ ਆ, ਉਹ ਇੱਕ ਸਕੂਲ ਜ਼ਿਲ੍ਹੇ ਦੇ ਵਿੱਚ ਹੋਣਾ ਚਾਹੀਦਾ। ਸਾਡੇ ਜ਼ਿਲ੍ਹੇ ਦੇ ਵਿੱਚ ਉਹ ਸਕੂਲ ਨਹੀਂ ਹੈ, ਉਹ ਸਕੂਲ ਸਾਨੂੰ ਦਿੱਤਾ ਜਾਵੇ ਤਾਂ ਜੋ ਸਾਡੇ ਬੱਚੇ ਆਉਣ ਵਾਲੇ ਭਵਿੱਖ ਦੇ ਵਿੱਚ ਕਹਿ ਸਕਣ, ਮਾਣ ਕਰ ਸਕਣ ਕਿ ਸਰਦਾਰ ਗੱਜਣ ਸਿੰਘ ਸ਼ਹੀਦ ਦੇ ਨਾਂ ਦੇ ਸਕੂਲ ਦੇ ਵਿੱਚ ਅਸੀਂ ਪੜ੍ਹ ਕੇ ਅੱਗੇ ਵਧੇ ਹਾਂ। ਬਹੁਤ ਬਹੁਤ